ਜਾਖੜ ਸਾਹਿਬ ਬੜੇ ਖੁਦਦਾਰ ਵਿਅਕਤੀ ਹੈ, ਉਹ ਕਦੇ ਵੀ ਇਹ ਨਹੀਂ ਕਹਿੰਦੇ ਮੈਨੂੰ ਆਹ ਪੋਸਟ ਦਿਓ ਉਹ ਦਿਓ। ਪ੍ਰਧਾਨ ਨੂੰ ਇਕੱਲੇ ਨੂੰ ਅਕਿਊਜ਼ ਕਰਨਾ ਕਿਸੇ ਗੱਲ 'ਚ ਠੀਕ ਨਹੀਂ ਹੈ। ਔਰ ਪ੍ਰਧਾਨ ਬੜਾ ਖੁਸ਼ ਹੈ ਕੰਮ ਕਰਕੇ, ਨਹੀਂ ਪਿਛਲੇ ਦਿਨਾਂ 'ਚ ਐਕਟਿਵ ਕਿਉਂ ਨਹੀਂ ਸੀ? ਇੱਕ ਤਾਂ ਉਹ ਵਿਦੇਸ਼ ਗਏ ਸੀ ਪਹਿਲਾਂ, ਫਿਰ ਹੈਲਥ ਦੀ ਵੀ ਕੋਈ ਇਸ਼ੂ ਸੀਗੇ ਫੈਮਿਲੀ 'ਚ, ਉਹ ਰਾਜਾ ਬਿੜਿੰਗ ਦੀਆਂ ਗੱਲਾਂ ਦਾ ਉਹ ਤਾਂ ਅਜੇ ਪਾਰਟੀ 'ਚ ਨਾ ਅਸਲ 'ਚ ਕੀ ਆ ਕਿ ਕਾਂਗਰਸ 'ਚ ਇੱਕ ਕਾਂਗਰਸ ਇੱਕ ਲੀਡਰਲੈਸ ਪਾਰਟੀ ਹੈ। ਕੀ ਪੰਜਾਬ ਭਾਜਪਾ ਦੇ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ? ਕੀ ਸੁਨੀਲ ਜਾਖੜ ਕਿਸੇ ਤੋਂ ਖਫਾ ਨੇ? ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਕਿੱਥੋਂ ਆਈਆਂ? ਗੱਲਬਾਤ ਕਰਾਂਗੇ ਹਰਜੀਤ ਸਿੰਘ ਗਰੇਵਾਲ ਹੋਰਾਂ। ਗਰੇਵਾਲ ਸਾਹਿਬ, ਪਿਛਲੇ ਦਿਨਾਂ 'ਚ ਤੁਸੀਂ ਵੀ ਸਵਾਲ ਖੜੇ ਕੀਤੇ ਕਿ ਕੁਝ ਬਾਹਰੋਂ ਆ ਕੇ ਲੀਡਰ ਜਿਹੜੇ ਨੇ ਉਨ੍ਹਾਂ ਨੂੰ ਵੱਡੇ ਵੱਡੇ ਅਹੁਦੇ ਦੇ ਦਿੱਤੇ ਜਾਂਦੇ। ਅੱਜ ਖਬਰ ਆ ਗਈ ਕਿ ਸੁਨੀਲ ਜਾਖੜ ਦਾ ਅਸਤੀਫਾ ਹੋ ਗਿਆ, ਫਿਰ ਤੁਸੀਂ ਡਿਨਾਈ ਕੀਤਾ, ਨਿਊਜ਼ 18 ਨੇ ਪੁਸ਼ਟੀ ਕੀਤੀ, ਤਾਂ ਇਹ ਖਬਰ ਤਾਂ ਅਫਵਾਹ ਨਿਕਲੀ, ਤਾਂ ਇਹ ਕਿੱਥੋਂ ਕਿੱਦਾਂ ਕਿਵੇਂ ਕੀ ਮਸਲਾ ਕੀ ਹੈ? ਦੇਖੋ, ਪਹਿਲੀ ਗੱਲ, ਮੈਂ ਬਾਹਰੋਂ ਆਏ ਲੋਕਾਂ ਦੇ ਖਿਲਾਫ਼ ਨਹੀਂ। ਜਦੋਂ ਅਸੀਂ 23 ਸੀਟਾਂ 'ਤੇ ਚੋਣ ਲੜਾਂਗੇ, 3 ਲੋਕ ਸਭਾ ਦੀਆਂ ਇੱਕ ਸਾਈਡ ਦੀਆਂ ਲੜਾਂਗੇ, 250 ਕਿਲੋਮੀਟਰ ਦਾ ਇਲਾਕਾ ਖਾਲੀ ਰਹੂਗਾ, ਤਾਂ ਸਾਡੇ ਕੋਲ ਤਾਂ ਸਪੇਸ ਆਲਰੇਡੀ ਹੈਗੀ ਹੈ ਲੋਕਾਂ ਨੂੰ ਲੈਣ ਦੀ, ਸਾਨੂੰ ਲੈਣੇ ਹੀ ਪੈਣੇ ਆ, ਠੀਕ ਹੈ ਨਾ ਗੱਲ? ਅਤੇ ਇਸ ਕਰਕੇ ਉਹ ਤਾਂ ਲਏ ਆ, ਹੋਰ ਵੀ ਲੈਣੇ ਪੈਣੇ ਹੋ ਸਕਦੇ ਆ, ਪਰ ਦੇਖ ਕੇ ਲਈਏ, ਹੈ ਨਾ? ਅਤੇ ਸੁਨੀਲ ਜਾਖੜ ਬੜਾ ਅੱਛਾ ਫੇਸ ਨੇ, ਬੜੀ ਅੱਛੀ ਚੋਇਸ ਆ, ਔਰ ਮੈਂ ਇਸ ਕਰਕੇ ਉਹਦੇ ਹੱਕ 'ਚ ਹਾਂ। ਇਸ ਕਰਕੇ ਨਹੀਂ ਕਿ ਸੁਨੀਲ ਜਾਖੜ ਨੂੰ ਮੈਂ ਅਬਲਾਈਜ਼ ਕਰਦਾ ਜਾਂ ਕੋਈ ਇੱਦਾਂ ਦੀ ਗੱਲ ਆ, ਇਹ ਵੀ ਨਹੀਂ ਹੈ। ਪ੍ਰਧਾਨ ਕਿਸੇ ਇੱਕ ਨੇ ਬਣਨਾ ਹੁੰਦਾ, ਪਾਰਟੀ ਸਾਰਿਆਂ ਨੇ ਮਿਲ ਕੇ ਚਲਾਉਣੀ ਹੁੰਦੀ ਹੈ, ਰਿਸਪੋਂਸੀਬਿਲਿਟੀ ਸਾਰਿਆਂ ਦੀ ਹੁੰਦੀ ਹੈ, ਪ੍ਰਧਾਨ ਦੀ ਇਕੱਲੇ ਦੀ ਰਿਸਪੋਂਸੀਬਿਲਿਟੀ ਨਹੀਂ ਹੁੰਦੀ। ਜੇ ਅਸੀਂ ਕਿਤੇ ਫੇਲਿਓਰ ਹੈਗਾ ਤਾਂ ਉਹ ਸਾਰਿਆਂ ਦਾ ਹੀ ਹੁੰਦਾ, ਅਤੇ ਇਸ ਕਰਕੇ ਜੇ ਕਿਤੇ ਕਾਮਯਾਬੀ ਹੁੰਦੀ ਹੈ ਉਹ ਵੀ ਸਾਰਿਆਂ ਦੀ ਹੁੰਦੀ ਹੈ। ਅਤੇ ਇਹ ਮੈਂ ਇਹ ਸਮਝਦਾ ਕਿ ਪ੍ਰਧਾਨ ਨੂੰ ਇਕੱਲੇ ਨੂੰ ਅਕਿਊਜ਼ ਕਰਨਾ ਕਿਸੇ ਗੱਲ 'ਚ ਠੀਕ ਨਹੀਂ ਹੈ, ਔਰ ਪ੍ਰਧਾਨ ਬੜਾ ਖੁਸ਼ ਹੈ ਕੰਮ ਕਰਕੇ, ਮੈਂ ਵੀ ਉਹਨਾਂ ਨਾਲ ਖੁਸ਼ ਹਾਂ, ਮੇਰੇ ਵਰਗੇ ਹੋਰ ਵੀ ਸਾਰੇ ਖੁਸ਼ ਹੈ। ਪਰ ਇਹ ਖਬਰ ਕਿੱਥੋਂ ਉੱਠ ਕੇ ਆਏਗੀ ਸੁਨੀਲ ਜਾਖੜ ਅਸਤੀਫਾ ਦੇ ਰਹੇ? ਕਹਿੰਦੇ ਇੱਥੋਂ ਨਿਕਲੀ ਕੱਲ੍ਹ ਸੰਗਠਨ ਦੀ ਮੀਟਿੰਗ ਸੀ, ਉਸ ਮੀਟਿੰਗ 'ਚ ਨਹੀਂ ਆਏ, ਕਿਸੇ ਲੀਡਰ ਨੇ ਫੋਨ ਕੀਤਾ, ਉਹ ਕਹਿੰਦੇ ਮੈਂ ਬਿਜ਼ੀ, ਮੈਂ ਨਹੀਂ ਆ ਸਕਦਾ, ਉਸ ਤੋਂ ਬਾਅਦ ਚਰਚਾ ਚੱਲ ਪਈ ਕਿ ਸੁਨੀਲ ਜਾਖੜ ਅਸਤੀਫਾ ਦੇ ਗਏ। ਇਹ ਗਲਤ ਫਹਿਮੀਆਂ ਦਾ ਸ਼ਿਕਾਰ ਹੋ ਜਾਂਦੇ ਆ, ਉਹ ਤਾਂ ਲੁਕਮਾਨ ਹਕੀਮ ਹੋਇਆ ਨਾ, ਉਹਦੇ ਕੋਲ ਵੀ ਗਲਤ ਫਹਿਮੀ ਦਾ ਇਲਾਜ ਨਹੀਂ ਸੀ, ਉਹਦੀ ਕੋਈ ਮੈਡੀਸਨ ਨਹੀਂ ਬਣੀ, ਇਸ ਕਰਕੇ ਉਹਦੇ 'ਚੋਂ ਕਿਸੇ ਨੇ ਕਹਿਤਾ ਹੋਣਾ, ਫੋਨ ਕੀਤਾ ਹੋਣਾ, ਉਹਨਾਂ ਨੇ ਉਹ ਦਿੱਲੀ ਗਏ ਹੋਏ ਸੀ ਅਤੇ ਉਹਨਾਂ ਨੂੰ ਪਹਿਲਾਂ ਜਾਣਕਾਰੀ ਨਹੀਂ ਸੀ ਮੀਟਿੰਗ ਦੀ, ਉਹਨਾਂ ਨੇ ਕਹਿਤਾ ਹੋਣਾ ਵੀ ਮੈਂ ਤਾਂ ਦਿੱਲੀ ਗਿਆ ਹੋਇਆ, ਮੈਨੂੰ ਜਾਣਕਾਰੀ ਨਹੀਂ ਹੈ, ਅਤੇ ਉਹ ਫਿਰ ਥੋੜ੍ਹਾ ਜਿਹਾ। ਪਰ ਇਹ ਸੰਗਠਨ ਜਿਹੜਾ ਹੁੰਦਾ ਨਾ, ਇਹ ਪ੍ਰੈਜ਼ੀਡੈਂਟ ਓਰੀਐਂਟਡ ਹੁੰਦਾ, ਸੰਗਠਨ 'ਚ ਪ੍ਰਧਾਨ ਨੂੰ ਪੁੱਛ ਕੇ ਹੀ ਸਾਰਾ ਕੁਝ ਕਰਨਾ ਹੁੰਦਾ, ਜਾਣਕਾਰੀ ਦੇ ਕੇ ਕਰਨਾ ਤਾਂ ਅਸੀਂ ਹੁੰਦਾ, ਸਾਰਿਆਂ ਨੇ ਕਹਿਣਾ ਹੀ ਹੁੰਦਾ ਕਿ ਪ੍ਰਧਾਨ ਜੀ ਆਹ ਕਰ ਲਈਏ, ਜਿਸ ਤਰ੍ਹਾਂ ਹੁਣ ਸਾਡੀ ਪ੍ਰੈਸ ਕਾਨਫਰੰਸ ਹੁੰਦੀ ਹੈ, ਉੱਪਰੋਂ ਵੀ ਅਗਰ ਕੁਝ ਆ ਜੇ ਤੇ, ਹਾਲਾਂਕਿ ਮੈਨੂੰ ਜਾਖੜ ਸਾਹਿਬ ਕਦੇ ਨਹੀਂ ਰੋਕਦੇ। ਪਿਛਲੇ ਦਿਨਾਂ ਜ਼ਿਆਦਾ ਐਕਟਿਵ ਨਜ਼ਰ ਨਹੀਂ ਆਏ, ਕੀ ਵਜ੍ਹਾ ਸੀ? ਫੈਮਿਲੀ ਦੀ ਵਜ੍ਹਾ ਕਰਕੇ ਸੀ ਜਾਂ ਕੀ ਸੀ? ਮੈਂ ਦੱਸ, ਮੈਂ ਉਹਨਾਂ ਕੋਲੋਂ ਫਿਰ ਵੀ ਪੁੱਛ ਲੈਣਾ, ਕਈ ਵਾਰ ਮੈਨੂੰ ਕਹਿਣਗੇ ਯਾਰ ਤੁਹਾਨੂੰ ਪੁੱਛਣ ਦੀ ਕੀ ਲੋੜ ਆ, ਕਰ ਲਿਆ ਕਰੋ। ਮੈਂ ਕਿਹਾ ਨਹੀਂ, ਪ੍ਰਧਾਨ ਪ੍ਰਧਾਨ ਹੀ ਹੁੰਦਾ, ਸਤਿਕਾਰ ਆ ਪ੍ਰਧਾਨ ਦਾ, ਇਸ ਤਰ੍ਹਾਂ ਹੀ ਸਭ ਨੂੰ ਕਰਨਾ ਚਾਹੀਦਾ, ਜੇ ਅਸੀਂ ਨਹੀਂ ਸਤਿਕਾਰ ਕਰਾਂਗੇ ਤੇ ਹੋਰ ਕੌਣ ਕਰੇਗਾ ਜੀ? ਤੇ ਇਸ ਕਰਕੇ ਇਹ ਸਾਰਾ ਪੁੱਛ ਕੇ ਸਲਾਹ ਮਸ਼ਵਰੇ ਨਾਲ ਹੀ ਸੰਗਠਨ ਚੱਲਦਾ, ਸਮੂਹਿਕ ਚੱਲਦਾ, ਕੋਈ ਇੱਕ ਵਿਅਕਤੀ ਨਹੀਂ ਇਹਨੂੰ ਚਲਾ ਸਕਦਾ ਸਾਡੇ, ਘੱਟ ਤੋਂ ਘੱਟ। ਪਿਛਲੇ ਦਿਨਾਂ 'ਚ ਐਕਟਿਵ ਕਿਉਂ ਨਹੀਂ ਸੀ? ਨਹੀਂ, ਪਿਛਲੇ ਦਿਨਾਂ 'ਚ ਐਕਟਿਵ ਕਿਉਂ ਨਹੀਂ ਸੀ? ਇੱਕ ਤਾਂ ਉਹ ਵਿਦੇਸ਼ ਗਏ ਸੀ ਪਹਿਲਾਂ, ਫਿਰ ਹੈਲਥ ਦੀ ਵੀ ਕੋਈ ਇਸ਼ੂ ਸੀਗੇ ਫੈਮਿਲੀ 'ਚ, ਇਸ ਕਰਕੇ ਗਏ ਹੋਏ ਸੀ, ਤੇ ਉਹ ਵੀ ਜਿੰਮੇਦਾਰੀਆਂ ਹੁੰਦੀਆਂ ਨੇ ਆਪਣਾ, ਉਹਨਾਂ ਦਾ ਪਰਿਵਾਰ ਵੀ, ਸਾਰੀਆਂ ਜਿੰਮੇਦਾਰੀਆਂ ਉਹੀ ਨਿਰਵਹਿਣ ਕਰਦੇ ਆ, ਬੜੇ ਆ ਉਹ। ਬੀਜੇਪੀ ਦਾ ਇੱਕ ਧੜਾ ਨਾਰਾਜ਼ ਚੱਲਦਾ, ਕਿਹੜਾ ਧੜਾ? ਬੀਜੇਪੀ 'ਚ ਕੋਈ ਧੜਾ ਨਹੀਂ ਹੈ, ਜੇ ਕੋਈ ਧੜਾ ਬਣੇਗਾ ਨਾ ਉਹ ਰਹਿਣ ਨਹੀਂ ਦਿੱਤਾ ਜਾਂਦਾ, ਤੇ ਇਸ ਕਰਕੇ ਧੜਾ ਨੇ ਇਸ ਤਰੀਕੇ ਦੀਆਂ ਖਬਰਾਂ ਚਲਵਾਈਆਂ। ਅਬ ਜਿਨ੍ਹਾਂ ਨੇ ਚਲਾਈਆਂ ਉਹ ਸਾਹਮਣੇ ਆ ਜਾਣਗੇ, ਕਿਉਂ ਚਲਾਈਆਂ, ਉਹਨਾਂ ਦੀ ਕੀ ਜਲਦੀ ਕਾਹਦੀ ਆ ਕਿਸੇ ਨੂੰ। ਤੇ ਮੇਰਾ ਖਿਆਲ ਆ ਵੀ ਉਹ ਇੱਕ ਕਹਾਵਤ ਹੁੰਦੀ ਹੈ ਨਾ, ਉਹ ਮਾਂ ਵਾਂ ਹੁਣ ਉਹ ਫਲਾਨਾ ਨੰਬਰਦਾਰ ਮਰ ਗਿਆ ਮੁੰਡਾ ਆ ਕੇ ਕਹਿੰਦਾ, ਉਹ ਮਾਂ ਕਹਿੰਦੀ ਪੁੱਤ ਤੈਨੂੰ ਤਾਂ ਨੰਬਰਦਾਰੀ ਨਹੀਂ ਮਿਲਣੀ, ਜਦੋਂ ਉਹ ਕਹਿੰਦੀ ਆਖਰ ਜਦੋਂ
ਪੰਜ ਸੱਤ ਵਾਰ ਆ ਕੇ ਉਹਨੇ ਇੱਦਾਂ ਦੀ ਗੱਲ ਕੀਤੀ। ਉਹ ਕਹਿੰਦੀ ਚਾਹੇ ਪੁੱਤ ਸਾਰਾ ਪਿੰਡ ਮਰ ਜਾਏ ਤੈਨੂੰ ਨਹੀਂ ਮਿਲਣੀ। ਇਹੋ ਜਿਹੇ ਬੰਦਿਆਂ ਨੂੰ ਸਾਡੀ ਪਾਰਟੀ ਚ ਕੋਈ ਜਿੰਮੇਵਾਰੀ ਨਹੀਂ ਮਿਲਦੀ ਜਿਹੜੇ ਇੱਦਾਂ ਦੀਆਂ ਹਰਕਤਾਂ ਕਰਦੇ ਆ। ਬੀਜੇਪੀ ਚ ਅਜਿਹੇ ਕਿਹੜੇ ਲੀਡਰ ਨੇ? ਮੈਨੂੰ ਨਹੀਂ ਪਤਾ ਕਿਹਨੇ ਅਫਵਾਹ ਫੈਲਾਈ ਆ, ਪਰ ਇਹ ਅਫਵਾਹ ਹੈਗੀ ਆ ਔਰ ਇਹ ਜਿਹੀਆਂ ਅਫਵਾਹਾਂ ਨਹੀਂ ਫੈਲਣੀਆਂ ਚਾਹੀਦੀਆਂ। ਉਹਦੇ ਨਾਲ ਕਾਂਗਰਸ ਨੇ ਤੰਜ ਕੱਸਿਆ। ਰਾਜਾ ਵੜਿੰਗ ਕਹਿੰਦੇ ਕਿ ਜਾਖੜ ਸਾਹਿਬ ਹੁਣ ਅੱਗੇ ਕਿੱਥੇ ਜਾ ਰਹੇ ਹੋ? ਜਾਖੜ ਸਾਹਿਬ ਕਿਤੇ ਨਹੀਂ ਜਾ ਰਹੇ, ਜਾਖੜ ਸਾਹਿਬ ਇੱਥੇ ਹੀ ਰਹਿਣਗੇ, ਪ੍ਰਧਾਨ ਵੀ ਰਹਿਣਗੇ। ਰਾਜਾ ਵੜਿੰਗ ਨੇ ਤੰਜ ਕੱਸਿਆ। ਉਹ ਰਾਜਾ ਵੜਿੰਗ ਦੀਆਂ ਗੱਲਾਂ ਦਾ ਉਹ ਤਾਂ ਅਜੇ ਪਾਰਟੀ ਚ ਨਾ ਅਸਲ ਚ ਕੀ ਆ ਕਿ ਕਾਂਗਰਸ ਇੱਕ ਲੀਡਰਲੈਸ ਪਾਰਟੀ ਆ, ਉਹ ਬਿਨਾਂ ਹੀ ਗੱਲਬਾਤ ਤੋਂ ਆਰੋਪ ਲਾਉਂਦੇ ਰਹਿੰਦੇ ਆ। ਤੇ ਇਸ ਕਰਕੇ ਪੰਜਾਬ ਚ ਦੇਖੋ ਅਸਲੀ ਗੱਲ ਤੁਹਾਨੂੰ ਮੈਂ ਅੱਜ ਦੱਸਾਂ ਬਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਲੀਡਰ ਹੋਏ ਆ ਜਿਹਨੂੰ ਲੀਡਰ ਕਹਿ ਸਕਦੇ ਆ, ਬਾਕੀ ਤਾਂ ਠੀਕ ਆ ਲੋਕ MLA MP ਬਣ ਜਾਂਦੇ ਆ। ਦੂਸਰੇ ਲੀਡਰ ਹੋਏ ਆ ਕੈਪਟਨ ਅਮਰਿੰਦਰ ਸਿੰਘ, ਠੀਕ ਹੈ ਨਾ ਗੱਲ, ਜਿਹਨੇ ਸਿੱਖਾਂ ਦਾ ਕਤਲੇਆਮ ਕੀਤਾ ਕਾਂਗਰਸ ਨੇ, ਠੀਕ ਹੈ, ਨਸਲਕੁਸ਼ੀ ਕੀਤੀ, ਉਸ ਤੋਂ ਬਾਅਦ ਵੀ ਉਹਨੂੰ ਸੱਤਾ ਚ ਦੋ ਦੋ ਵਾਰ ਲਿਆ, ਤੁਸੀਂ ਦੇਖੋ ਵੀ ਉਹਦੀ ਕਾਬਲੀਅਤ ਬੰਦੇ ਦੀ ਕਿੰਨੀ ਹੋਊ। ਤੇ ਇਸ ਕਰਕੇ ਉਹਨੂੰ ਲੀਡਰ ਕਹਿੰਦੇ ਆ, ਤੇ ਇਹ ਦੋ ਹੀ ਲੀਡਰ ਸੀ। ਤੇ ਬਾਕੀ ਅਜੇ ਲੀਡਰਸ਼ਿਪ ਬਣਦੀ ਆ, ਹੌਲੀ ਹੌਲੀ ਬਣਦੀ ਆ। ਰਾਜਾ ਵੜਿੰਗ ਵੀ ਬਣ ਜੂਗਾ ਕਿਉਂਕਿ MLA ਵੀ ਰਹਿ ਗਿਆ, MP ਵੀ ਰਹਿ ਗਿਆ, ਲਕਲੀ ਉਥੋਂ ਵੀ ਜਿੱਤ ਗਿਆ। ਚਰਚਾ ਇਹ ਵੀ ਚੱਲਦੀ ਹੈ ਕਿ ਲੋਕ ਸਭਾ ਚ ਜਦੋਂ ਇੱਕ ਵੀ ਸੀਟ BJP ਨੇ ਨਹੀਂ ਜਿੱਤੀ, ਉਸ ਵੇਲੇ ਜਾਖੜ ਹੋਰਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਲੇਕਿਨ ਪਾਰਟੀ ਹਾਈਕਮਾਨ ਨੇ ਕਿਹਾ ਕਿ ਵੋਟ ਪਰਸੈਂਟੇਜ ਚੰਗੀ ਆਈ ਹੈ, ਤੁਸੀਂ ਕੰਮ ਕਰੋ, ਅਸਤੀਫੇ ਵਾਲੀ ਕੋਈ ਗੱਲ ਨਹੀਂ ਹੈ। ਉਹ ਤਾਂ ਦੇਖੋ ਪ੍ਰਧਾਨ ਦਾ ਕਰਨਾ ਬਣਦਾ ਹੁੰਦਾ, ਜਦੋਂ ਵੀ ਕਿਤੇ ਪਾਰਟੀ ਫਰਜ਼ ਕੀਤਾ ਹਾਰ ਜੇ ਸੀਟ ਨਾ ਆਵੇ ਤਾਂ ਉਹ ਪ੍ਰਧਾਨ, ਜਾਖੜ ਸਾਹਿਬ ਬੜੇ ਖੁਦਦਾਰ ਵਿਅਕਤੀ ਹੈ, ਉਹ ਕਦੇ ਵੀ ਇਹ ਨਹੀਂ ਕਹਿੰਦੇ ਮੈਨੂੰ ਆਹ ਪੋਸਟ ਦਿਓ ਉਹ ਦਿਓ, ਪਰ ਨਾ ਉੱਪਰ ਵਾਲਿਆਂ ਦੀ ਇੱਛਾ ਤੇ ਨਾ ਹੀ ਜਾਖੜ ਸਾਹਿਬ ਨੇ ਕੋਈ ਰਿਜ਼ਾਈਨ ਕੀਤਾ ਇਸ ਵੇਲੇ, ਇਹ ਸਾਰੀ ਅਫਵਾਹ। ਪ੍ਰਧਾਨ ਬਣੇ ਰਹਿਣਗੇ? ਬਣੇ ਰਹਿਣਗੇ, ਠੀਕ ਹੈ। ਤਾਂ ਕਹਿੰਦੇ ਕਿ ਪਾਰਟੀ ਚ ਕੁਛ ਹੈ ਬੰਦੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਪ੍ਰਧਾਨ ਬਣ ਸਕਦੇ ਹਾਂ, ਲੇਕਿਨ ਉਹ ਪ੍ਰਧਾਨ ਨਹੀਂ ਬਣ ਸਕਦੇ ਕਿਉਂਕਿ BJP ਦੀ ਇਹ ਸ਼ੈਲੀ ਹੈ, ਔਰ ਇਹ ਅਫਵਾਹਾਂ ਵੀ ਉਨ੍ਹਾਂ ਵੱਲੋਂ ਫੈਲਾਈਆਂ ਗਈਆਂ ਨੇ, ਲੇਕਿਨ ਸੁਨੀਲ ਜਾਖੜ ਪ੍ਰਧਾਨ ਬਣੇ ਰਹਿਣਗੇ। ਕੈਮਰਾਮੈਨ ਵਿਨੋਦ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।